Hello everyone, this is Kiran Mitharu, your online teacher. First of all, I welcome you all on your own YouTube channel, Your Classroom at Home. I really wanted to thank you all for watching our video lessons. As you know, we have already completed our syllabus up to August. So for this, you have to subscribe our YouTube channel and press the bell icon so that you can get all the notifications of coming videos. Once again, thank you so much. हाँ जी बेटा, आपने ऑलरेडी टू चैप्टर्स आप कर चुके हैं, ठीक है? तुम देख ले होंगे तो तुम्हें समझ आ गए होने हैं। तो आज आप नेक्स्ट चैप्टर नंबर 3 खनिज ते शक्ति साधन ये करांगे। जी क्वेश्चन नंबर 1, राकेश भारत दे जिस राज विच रहिंदा है उस विच सब तो वध सोना निकलता है, कि तुसी दस सकदे हो कि वह किस राज विच रहिंदा है? ठीक है, हुण जे तां आपां नूं पता कि भारत दे विच कीहड़ी स्टेट है जिथे सब तो वध सोना निकलता है, फिर आपां इहदा आंसर ईजीली दे सकते हैं। चार ऑप्शनस दित्तियां होईआं, नंबर 1 करनाटक, नंबर 2 केरल, नंबर 3 आंध्र प्रदेश, नंबर 4 बिहार। तो इन्हां दे विचों नंबर 1 ऑप्शन जिहड़ी ओह ठीक हैगी आ, ठीक है, करनाटक इहदा आंसर है। हुण आपां देखिआ वी करनाटक स्टेट जिहड़ी आ उत्थे सब तो वध सोना हुंदा है ना। हुण सोने बारे आपां नूं पता ही है कि सोना जिहड़ा इक बहुत ही कीमती धात हैगी आ, ਠੀਕ ਹੈ, ਅਤੇ ਲੋਕਾਂ ਨੂੰ ਅਟਰੈਕਟ ਕਰਦੀ ਆ। ਇੰਡੀਅਨਸ ਦੇ ਵਿੱਚ ਤਾਂ ਆਪਣੇ ਖਾਸਕਰ ਪੰਜਾਬ 'ਚ ਤਾਂ ਬਹੁਤ ਕਰੇਜ਼ ਹੈਗਾ ਹੁੰਦਾ ਨਾ ਕਿ ਵੱਧ ਤੋਂ ਵੱਧ ਗੋਲਡ ਜਿਹੜਾ ਆਪਣੇ ਕੋਲ ਹੋਣਾ ਚਾਹੀਦਾ। ਅਤੇ ਸੋਨਾ ਬਹੁਤ ਪੁਰਾਣੇ ਸਮੇਂ ਤੋਂ ਮਨੁੱਖ ਦੁਆਰਾ ਵਰਤਿਆ ਜਾ ਰਿਹਾ ਹੈ। ਇਸ ਦੀ ਚਮਕ ਅਤੇ ਰੰਗ ਕਰਕੇ ਇਹ ਇੱਕ ਬਹੁਤ ਹੀ ਦਿਲ ਖਿੱਚਵੀਂ ਧਾਤ ਮੰਨੀ ਜਾਂਦੀ ਆ। ਇਸ ਤੋਂ ਗਹਿਣੇ ਅਤੇ ਹੋਰ ਕੀਮਤੀ ਸਜਾਵਟੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਸ ਦੀ ਘੱਟ ਪੈਦਾਵਾਰ ਆ ਅਤੇ ਮੰਗ ਜ਼ਿਆਦਾ ਆ, ਇਸੇ ਕਰਕੇ ਇਹ ਧਾਤ ਜਿਹੜੀ ਬਹੁਤ ਹੀ ਮਹਿੰਗੀ ਧਾਤ ਹੈ। ਇਸ ਦੀ ਵਰਤੋਂ ਦੰਦਾਂ ਦੀ ਸਜਾਵਟ, ਸੋਨ ਪੱਤਰ ਚਾੜਨ ਜਾਂ ਕੁਝ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ, ਠੀਕ ਹੈ। ਇਹ ਤਾਂ ਸੀ ਇਹਦੇ ਯੂਜਿਸ ਕਿੱਥੇ ਕਿੱਥੇ ਯੂਜ਼ ਹੁੰਦੀ ਆ, ਮੋਸਟਲੀ ਗਹਿਣਿਆਂ 'ਚ ਹੁੰਦੀ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੇ ਅਮੀਰ ਲੋਕ ਆ ਆਪਣੇ ਦੰਦਾਂ ਦੀ ਸਜਾਵਟ 'ਤੇ ਵੀ ਇਹਨੂੰ ਯੂਜ਼ ਕਰਦੇ ਆ। ਅਤੇ ਸੰਸਾਰ ਦਾ ਸਭ ਤੋਂ ਵੱਧ, ਜੇ ਆਪਾਂ ਵਰਲਡ ਲੈਵਲ ਦੀ ਗੱਲ ਕਰਦੇ ਹਾਂ ਤਾਂ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ? ਦੱਖਣੀ ਅਫਰੀਕਾ। ਅਤੇ ਇਹ ਇਕੱਲਾ ਦੇਸ਼ ਹੀ ਸੰਸਾਰ ਦਾ ਲਗਭਗ 70% ਸੋਨਾ ਪੈਦਾ ਕਰਦਾ ਹੈ, ਠੀਕ ਹੈ। ਸਭ ਤੋਂ ਵੱਧ ਪੂਰੇ ਵਰਲਡ ਦੇ ਵਿੱਚ ਕਿਹੜਾ ਦੇਸ਼ ਹੈ? ਸਾਊਥ ਅਫਰੀਕਾ। ਅਤੇ ਕਿੰਨੇ ਪਰਸੈਂਟ ਉਹ ਇਕੱਲਾ ਹੀ ਕਰਦਾ ਹੈ? 70%। ਉਸ ਤੋਂ ਬਾਅਦ ਕੈਨੇਡਾ, ਜਪਾਨ, USA, ਆਸਟ੍ਰੇਲੀਆ, ਫਿਲੀਪਾਈਨਸ ਅਤੇ ਘਾਨਾ ਵਰਗੇ ਦੇਸ਼ ਵੀ ਸੋਨਾ ਪੈਦਾ ਕਰਦੇ ਆ। ਅਤੇ ਸੋਨਾ ਸੰਸਾਰ ਦੇ ਲਗਭਗ ਹਰੇਕ ਦੇਸ਼ ਦੇ ਵਿੱਚੋਂ ਨਿਕਲਦਾ ਹੈ, ਠੀਕ ਹੈ, ਨਿਕਲਦਾ ਹਰੇਕ ਦੇਸ਼ ਦੇ ਵਿੱਚੋਂ, ਪਰ ਕਿਤੇ ਵੱਧ ਕਿਤੇ ਘੱਟ। ਹੁਣ ਆਪਾਂ ਗੱਲ ਕਰਦੇ ਭਾਰਤ ਦੀ। ਭਾਰਤ ਸੰਸਾਰ ਦਾ ਸਿਰਫ 0.75% ਸੋਨਾ ਪੈਦਾ ਕਰਦਾ ਆ, ਠੀਕ ਹੈ। ਅਤੇ ਭਾਰਤ ਦੇ ਵਿੱਚ ਆਪਾਂ ਹੁਣੇ ਜਿਹੜਾ ਕੁਐਸਚਨ ਦੇਖਿਆ ਸੀ, ਕਰਨਾਟਕ, ਕਰਨਾਟਕ ਭਾਰਤ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਰਾਜ ਹੈ। ਦੇਸ਼ ਦੇ ਵਿੱਚ ਸੋਨਾ ਪੈਦਾ ਕਰਨ ਵਾਲੇ 3 ਮੁੱਖ ਖੇਤਰ ਕੋਲਾਰ ਜ਼ਿਲ੍ਹਾ, ਕੋਲਾਰ ਹੱਟੀ ਜ਼ਿਲ੍ਹਾ ਰਾਏਚੂਰ, ਦੋਨੇ ਕਰਨਾਟਕ 'ਚ। ਅਤੇ ਕਰਨਾਟਕ ਦੇ ਵਿੱਚ ਵੀ ਆ 2 ਜਗ੍ਹਾ ਹੈਗੀਆਂ, ਕੋਲਾਰ ਅਤੇ ਹੱਟੀ, ਠੀਕ ਹੈ, ਕੋਲਾਰ ਅਤੇ ਹੱਟੀ ਕਰਨਾਟਕ ਦੇ ਵਿੱਚ ਜਿਹੜੇ 2 ਮੁੱਖ ਖੇਤਰ ਹੈ ਜਿੱਥੇ ਸੋਨਾ ਨਿਕਲਦਾ ਆ। ਅਤੇ ਦੂਸਰਾ ਹੈਗਾ ਰਾਮਗਿਰੀ ਅਨੰਤਪੁਰ ਜ਼ਿਲ੍ਹੇ 'ਚ, ਇਹ ਹੈਗਾ ਆਂਧਰਾ ਪ੍ਰਦੇਸ਼ ਦੇ ਵਿੱਚ, ਠੀਕ ਹੈ। ਇਸ ਤੋਂ ਇਲਾਵਾ ਕੁਝ ਜਿਹੜਾ ਸੋਨਾ ਉਹ ਝਾਰਖੰਡ ਅਤੇ ਕੇਰਲ ਰਾਜ ਤੋਂ ਵੀ ਪ੍ਰਾਪਤ ਹੁੰਦਾ ਹੈ। ਮੇਨਲੀ ਤੁਸੀਂ ਇਹਦੇ ਵਿੱਚੋਂ ਇਹੀ ਦੇਖਣਾ ਕਿ ਸੋਨਾ ਇੱਕ ਬਹੁਤ ਕੀਮਤੀ ਧਾਤ ਆ, ਗਹਿਣੇ ਬਣਾਉਣ ਦੇ ਵਿੱਚ, ਦੰਦਾਂ ਦੀ ਸਜਾਵਟ 'ਚ, ਅਤੇ ਬਹੁਤ ਸਾਰੀਆਂ ਦਵਾਈਆਂ 'ਚ ਇਹਦਾ ਪ੍ਰਯੋਗ ਹੁੰਦਾ ਆ, ਠੀਕ ਹੈ। ਇਹਦੀ ਪੈਦਾਵਾਰ ਘੱਟ ਆ ਅਤੇ ਮੰਗ ਜ਼ਿਆਦਾ ਆ, ਇਸੇ ਕਰਕੇ ਇਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਆ, ਠੀਕ ਹੈ। ਅਤੇ ਪੂਰੇ ਵਰਲਡ ਦੇ ਵਿੱਚੋਂ ਸਾਊਥ ਅਫਰੀਕਾ, ਦੱਖਣੀ ਅਫਰੀਕਾ ਜਿੱਥੇ ਸਭ ਤੋਂ ਵੱਧ ਸੋਨਾ, ਠੀਕ ਹੈ, 70% ਸਾਰਾ ਜਿਹੜਾ ਸੋਨਾ ਉਹ ਦੱਖਣੀ ਅਫਰੀਕਾ ਦੀ ਪੈਦਾਵਾਰ ਆ। ਉਸ ਤੋਂ ਬਾਅਦ ਆ ਜਾਂਦੀ ਗੱਲ ਭਾਰਤ ਦੀ। ਭਾਰਤ ਦੇ ਵਿੱਚੋਂ ਸਭ ਤੋਂ ਵੱਧ ਕਰਨਾਟਕਾ 'ਚ, ਅਤੇ ਭਾਰਤ ਸਿਰਫ 0.75% ਪੈਦਾਵਾਰ ਕਰਦਾ ਸੋਨੇ ਦੀ, ਠੀਕ ਹੈ। ਅਤੇ ਕਰਨਾਟਕ ਦੇ ਵਿੱਚ ਵੀ 2 ਜਿਹੜੀਆਂ ਜਗ੍ਹਾ ਦੱਸੀਆਂ ਹੋਈਆਂ ਇਹਨਾਂ ਨੇ, ਕੋਲਾਰ ਅਤੇ ਹੱਟੀ, ਉਹ ਯਾਦ ਰੱਖਣੀਆਂ। ਅਤੇ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਵਿੱਚ ਰਾਮਗਿਰੀ, ਠੀਕ ਹੈ, ਇਹ ਤੁਸੀਂ ਯਾਦ ਰੱਖਣੇ ਆ। ਸ਼ੋਰਟ ਕੁਐਸਚਨ ਬਣ ਕੇ ਆ ਜਾਂਦੇ ਕਈ ਵਾਰੀ। ਸਟੇਜ ਕੁਐਸਚਨ ਨੰਬਰ 2, ਬਲਵੀਰ ਦੁਕਾਨਦਾਰ ਦੇ ਕੋਲ ਕੋਲਾ ਖਰੀਦਣ ਲਈ ਗਿਆ, ਪਰ ਦੁਕਾਨਦਾਰ ਨੇ ਉਸਨੂੰ ਕਿਹਾ ਕਿ ਉਸ ਕੋਲ ਵਧੀਆ ਕਿਸਮ ਦਾ ਕੋਲਾ ਨਹੀਂ ਹੈ, ਉਸ ਕੋਲ ਕੋਲੇ ਦੀ ਸਭ ਤੋਂ ਮਾੜੀ ਕਿਸਮ ਪਈ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਦੁਕਾਨਦਾਰ ਦੇ ਕੋਲੇ ਦੀ ਕਿਹੜੀ ਕਿਸਮ ਪਈ ਹੈ? ਠੀਕ ਹੈ, ਹੁਣ ਜੇ ਤਾਂ ਆਪਾਂ ਨੂੰ ਪਤਾ ਵੀ ਕੋਲੇ ਦੀਆਂ ਵੀ ਕਈ ਕਿਸਮਾਂ ਹੁੰਦੀਆਂ, ਮੇਨਲੀ 4 ਕਿਸਮਾਂ ਹੁੰਦੀਆਂ,
ਤੇ ਉੱਚੋਂ ਸਭ ਤੋਂ ਵਧੀਆ ਕਿਹੜੀ ਹੁੰਦੀ ਹੈ ਤੇ ਸਭ ਤੋਂ ਘਟੀਆ ਕਿਹੜੀ ਹੁੰਦੀ ਹੈ ਆਪਾਂ ਇਹਦਾ ਆਨਸਰ ਫਿਰ ਦੇ ਸਕਦੇ ਹਾਂ। ਇੱਥੇ ਚਾਰ ਕਿਸਮਾਂ ਦੱਸੀਆਂ ਹੋਈਆਂ, ਨੰਬਰ 1 ਐਂਥ੍ਰੈਸਾਈਟ, ਨੰਬਰ 2 ਪੀਟ, ਨੰਬਰ 3 ਬਿਟੂਮੀਨਸ ਤੇ ਨੰਬਰ 4 ਲਿਗਨਾਈਟ। ਤੇ ਇਹਦਾ ਜਿਹੜਾ ਸਹੀ ਆਨਸਰ ਹੈਗਾ ਉਹ ਹੈਗਾ ਆਪਸ਼ਨ ਨੰਬਰ 2 ਪੀਟ। ਠੀਕ ਹੈ, ਸੋ ਇਹਨਾਂ ਚਾਰਾਂ ਕਿਸਮਾਂ ਦੇ ਵਿੱਚੋਂ ਕੋਲੇ ਦੀ ਸਭ ਤੋਂ ਘਟੀਆ ਕਿਸਮ ਜਿਹੜੀ ਹੁੰਦੀ ਉਹ ਪੀਟ ਹੁੰਦੀ ਆ। ਅਤੇ ਆਪਾਂ ਇੱਕ ਵਾਰੀ ਸਾਰੀਆਂ ਹੀ ਦੇਖ ਲੈਂਦੇ ਹਾਂ। ਠੀਕ ਹੈ, ਹੈਗਾ ਕੋਲਾ ਜਾਂ ਕੋਲ। ਕੋਲਾ ਕਾਲੇ ਜਾਂ ਭੂਰੇ ਰੰਗ ਦਾ ਜੈਵਿਕ ਪਦਾਰਥ ਹੁੰਦਾ ਆ। ਇਹਦੇ ਵਿੱਚ ਮੁੱਖ ਤੌਰ 'ਤੇ ਕਿਹੜਾ ਤੱਤ ਹੁੰਦਾ? ਕਾਰਬਨ। ਠੀਕ ਹੈ, ਇਹ ਇੱਕ ਜਲਨਸ਼ੀਲ ਪਦਾਰਥ ਹੁੰਦਾ ਹੈ। ਇਹਨੂੰ ਤਾਪ ਜਾਂ ਰੋਸ਼ਨੀ ਦੋਵਾਂ ਕੰਮਾਂ ਲਈ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਕੋਲਾ ਘਰੇਲੂ ਵਰਤੋਂ ਤੋਂ ਲੈ ਕੇ ਵੱਡੇ ਵੱਡੇ ਉਦਯੋਗਾਂ ਵਿੱਚ ਰੇਲ ਗੱਡੀਆਂ ਨੂੰ ਚਲਾਉਣ ਦੇ ਲਈ ਵਰਤਿਆ ਜਾਂਦਾ ਹੈ। ਕੋਲੇ ਦੀ ਵਰਤੋਂ ਤਾਪ ਘਰਾਂ ਦੇ ਵਿੱਚ ਬਿਜਲੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਕਾਰਬਨ ਦੀ ਮਾਤਰਾ ਦੇ ਅਨੁਸਾਰ ਹੀ ਕੋਲੇ ਦੀਆਂ ਚਾਰ ਸ਼੍ਰੇਣੀਆਂ ਹੁੰਦੀਆਂ। ਠੀਕ ਹੈ, ਜਿਸ ਕੋਲੇ ਦੇ ਵਿੱਚ ਕਿੰਨੀ ਕੁ ਕਾਰਬਨ ਦੀ ਮਾਤਰਾ ਉਹਦੇ ਆਧਾਰ 'ਤੇ ਇਹਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਨੰਬਰ 1 'ਤੇ ਐਂਥ੍ਰੈਸਾਈਟ, ਨੰਬਰ 2 ਬਿਟੂਮੀਨਸ, ਨੰਬਰ 3 ਲਿਗਨਾਈਟ, ਨੰਬਰ 4 ਪੀਟ। ਅਤੇ ਕੋਲੇ ਦੀਆਂ ਚਾਰਾਂ ਕਿਸਮਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਸਮ ਕਿਹੜੀ ਮੰਨੀ ਗਈ ਆ? ਐਂਥ੍ਰੈਸਾਈਟ। ਅਤੇ ਸਭ ਤੋਂ ਘਟੀਆ ਕਿਹੜੀ ਮੰਨੀ ਗਈ ਆ? ਪੀਟ। ਠੀਕ ਹੈ, ਅਤੇ ਕੋਲਾ ਧਰਤੀ ਦੇ ਹੇਠੋਂ ਤਹਿਦਾਰ ਚਟਾਨਾਂ ਦੇ ਵਿੱਚੋਂ ਮਿਲਦਾ ਆ। ਜਿਹੜੀਆਂ ਧਰਤੀ ਦੇ ਨੀਚੇ ਤਹਿਦਾਰ ਚਟਾਨਾਂ ਹੈਗੀਆਂ ਉੱਥੋਂ ਕੋਲਾ ਮਿਲਦਾ ਆ। ਧਰਤੀ ਨੂੰ ਪੁੱਟ ਕੇ ਕੋਲੇ ਦੀਆਂ ਖਾਣਾਂ ਤੱਕ ਪਹੁੰਚਿਆ ਜਾਂਦਾ ਆ। ਅਤੇ ਕੋਲੇ ਦੀਆਂ ਖਾਣਾਂ ਦੇ ਅੰਦਰ ਕੰਮ ਕਰਨਾ ਬਹੁਤ ਹੀ ਖਤਰੇ ਵਾਲਾ ਕੰਮ ਹੁੰਦਾ ਆ। ਠੀਕ ਹੈ, ਹੁਣ ਆਹ ਵੀ ਦੇਖ ਲੈਂਦੇ ਆਪਾਂ, ਮੇਨਲੀ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ 'ਚ ਕੋਲਾ ਮਿਲਦਾ ਆ। USA ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਦਾ ਆ। ਠੀਕ ਹੈ, ਅਮੈਰੀਕਾ 24%, ਉਸ ਤੋਂ ਬਾਅਦ ਚੀਨ, ਰੂਸ, ਪੋਲੈਂਡ, UK ਸੰਸਾਰ ਦੇ ਵਿੱਚ ਕ੍ਰਮਵਾਰ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਆਉਂਦੇ ਹਨ। ਅਤੇ ਭਾਰਤ ਦਾ ਕੋਲੇ ਦੀ ਪੈਦਾਵਾਰ ਵਿੱਚ ਕਿੰਨਵਾਂ ਸਥਾਨ ਹੈਗਾ? 6ਵਾਂ ਸਥਾਨ ਹੈ। ਯਾਦ ਰੱਖਿਓ ਕਿ ਕੋਲੇ ਦੀ ਪੈਦਾਵਾਰ ਵਿੱਚ ਭਾਰਤ ਦਾ 6ਵਾਂ ਨੰਬਰ ਆ। ਇਹ ਸੰਸਾਰ ਦਾ ਲਗਭਗ 4% ਕੋਲੇ ਦਾ ਉਤਪਾਦਨ ਕਰਦਾ ਹੈ। ਅਤੇ ਸਭ ਤੋਂ ਪਹਿਲੇ ਨੰਬਰ 'ਤੇ ਕਿਹੜਾ ਸੀ? USA, ਉਹ ਕਿੰਨਾ ਕਰਦਾ? 24%। ਅਤੇ ਭਾਰਤ 6ਵੇਂ ਨੰਬਰ 'ਤੇ ਆ, ਇਹ ਕਿੰਨਾ ਕਰਦਾ? 4%। ਠੀਕ ਹੈ, ਕਲੀਅਰ ਹੋ ਗਿਆ। ਹਾਂਜੀ, ਕੁਸ਼ਚਨ ਨੰਬਰ 3, ਦਿਲਜੀਤ ਭਾਰਤ ਦੇ ਜਿਹੜੇ ਰਾਜ ਵਿੱਚ ਰਹਿੰਦਾ ਹੈ ਉਸ ਵਿੱਚ ਮੈਗਨੀਜ਼ ਦਾ ਉਤਪਾਦਨ ਹੁੰਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਦੇ ਵਿੱਚ ਰਹਿੰਦਾ ਹੈ? ਠੀਕ ਹੈ, ਹਾਂਜੀ, ਇੱਥੇ ਵੀ ਤੁਸੀਂ ਚਾਰ ਆਪਸ਼ਨ ਤੁਹਾਨੂੰ ਮਿਲੀਆਂ ਹੋਈਆਂ, ਪੰਜਾਬ, ਕਰਨਾਟਕ, ਉੱਤਰਾਖੰਡ ਅਤੇ ਜੰਮੂ ਕਸ਼ਮੀਰ। ਠੀਕ ਹੈ, ਹੁਣ ਇਹਨਾਂ ਚਾਰਾਂ ਦੇ ਵਿੱਚੋਂ ਮੈਗਨੀਜ਼ ਦਾ ਉਤਪਾਦਨ ਕਿੱਥੇ ਹੁੰਦਾ ਆ? ਉਹੀ ਜਗ੍ਹਾ ਜਿੱਥੇ ਸਭ ਤੋਂ ਵੱਧ ਸੋਨਾ ਹੁੰਦਾ ਆ। ਠੀਕ ਹੈ, ਹੁਣ ਤੁਹਾਨੂੰ ਯਾਦ ਹੀ ਹੋਣਾ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਸੋਨਾ ਕਿਹੜੀ ਸਟੇਟ 'ਚ ਹੁੰਦਾ? ਆਪਾਂ ਹੁਣੇ ਪੜ੍ਹਿਆ ਸੀ, ਕਰਨਾਟਕ ਸਟੇਟ। ਠੀਕ ਹੈ, ਅਤੇ ਕਰਨਾਟਕ ਸਟੇਟ ਦੇ ਵਿੱਚ ਹੀ ਮੈਗਨੀਜ਼ ਦਾ ਉਤਪਾਦਨ ਵੀ ਹੁੰਦਾ ਆ। ਠੀਕ ਹੈ, ਦੇਖੀਏ, ਮੈਗਨੀਜ਼ ਇਹ ਇੱਕ ਅਜਿਹਾ ਖਣਿਜ ਪਦਾਰਥ ਹੈ ਜਿਹੜਾ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ। ਹੁਣ ਮੈਗਨੀਜ਼ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਆ? ਲੋਹਾ ਬਣਾਉਣ 'ਚ ਅਤੇ ਸਟੀਲ ਬਣਾਉਣ 'ਚ। ਇਸ ਦੀ ਵਰਤੋਂ ਲੋਹੇ ਦਾ ਮਿਸ਼ਰਣ ਤਿਆਰ ਕਰਨ ਦੇ ਵਿੱਚ ਵੀ ਹੁੰਦੀ ਹੈ। 1 ਟਨ ਸਟੀਲ ਬਣਾਉਣ ਲਈ ਲਗਭਗ 6 ਕਿਲੋਗ੍ਰਾਮ ਮੈਗਨੀਜ਼ ਦੀ ਜ਼ਰੂਰਤ ਹੁੰਦੀ ਹੈ। ਮੈਗਨੀਜ਼ ਦੀ ਵਰਤੋਂ ਹੋਰ ਕਿੱਥੇ ਕਿੱਥੇ ਹੁੰਦੀ ਹੈ? ਬਲੀਚਿੰਗ ਪਾਊਡਰ ਬਣਾਉਣ ਲਈ, ਕੀੜੇ ਮਾਰ ਦਵਾਈਆਂ ਲਈ, ਪੇਂਟ ਅਤੇ ਬੈਟਰੀਜ਼ ਦੇ ਵਿੱਚ। ਠੀਕ ਹੈ, ਇਹ ਇੱਥੇ ਇੱਥੇ ਇਹਨਾਂ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ ਆ। ਅਤੇ ਮੈਗਨੀਜ਼ ਦੇ ਭੰਡਾਰਾਂ ਵਿੱਚ ਜ਼ਿੰਬਾਬੇ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਇਹਦਾ ਮਤਲਬ ਪਹਿਲੇ ਨੰਬਰ 'ਤੇ ਕਿਹੜਾ ਦੇਸ਼ ਹੈ? ਜ਼ਿੰਬਾਬੇ। ਅਤੇ ਦੂਸਰੇ ਨੰਬਰ 'ਤੇ ਕੀ ਆ? ਇੰਡੀਆ, ਭਾਰਤ। ਪਰੰਤੂ ਪੈਦਾਵਾਰ ਦੇ ਹਿਸਾਬ ਨਾਲ ਸਾਡਾ ਦੇਸ਼ ਕਿੰਨਵੇਂ ਨੰਬਰ 'ਤੇ ਆਉਂਦਾ? 5ਵੇਂ ਨੰਬਰ 'ਤੇ। ਅਤੇ ਭਾਰਤ ਦੇ ਵਿੱਚ ਮੈਗਨੀਜ਼ ਮੁੱਖ ਤੌਰ 'ਤੇ ਆਪਾਂ ਦੇਖਿਆ ਸੀ ਹੁਣੀ ਕਰਨਾਟਕ, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੋਆ ਰਾਜਾਂ ਵਿੱਚ ਮਿਲਦਾ। ਅਤੇ ਜ਼ਿਆਦਾ ਉਹ ਆਪਾਂ ਜਿਹੜੀਆਂ ਆਪਾਂ ਨੂੰ ਆਪਸ਼ਨ ਦਿੱਤੀਆਂ ਸੀ ਉੱਥੇ ਕਰਨਾਟਕ ਸੀ, ਅਤੇ ਸਭ ਤੋਂ ਵੱਧ ਉੱਥੇ ਹੁੰਦਾ ਫਿਰ ਕਰਨਾਟਕ। ਠੀਕ ਹੈ, ਕੁਝ ਮਾਤਰਾ ਵਿੱਚ ਮੈਗਨੀਜ਼ ਆਂਧਰਾ ਪ੍ਰਦੇਸ਼, ਝਾਰਖੰਡ, ਗੁਜਰਾਤ, ਰਾਜਸਥਾਨ, ਪੱਛਮੀ ਬੰਗਾਲ 'ਚ ਵੀ ਮਿਲਦਾ ਆ। ਅਤੇ ਮੈਗਨੀਜ਼ ਦੀ ਕੁਝ ਮਾਤਰਾ ਉੜੀਸਾ ਦੇ ਸੁੰਦਰਗੜ੍ਹ, ਕਾਲਾਹਾਂਡੀ, ਕੋਰਾਪੁਟ, ਬੋਲਨਗੀਰ, ਸੰਬਲਪੁਰ ਜ਼ਿਲ੍ਹਿਆਂ ਵਿੱਚ ਹੁੰਦੀ ਆ। ਅਤੇ ਮਹਾਰਾਸ਼ਟਰ 'ਚ ਨਾਗਪੁਰ, ਭੰਡਾਰਾ, ਰਤਨਾਗਿਰੀ ਜ਼ਿਲ੍ਹੇ, ਮੱਧ ਪ੍ਰਦੇਸ਼ ਦੇ ਵਿੱਚ ਬਾਲਾਘਾਟ ਅਤੇ ਛਿੰਦਵਾੜਾ ਜ਼ਿਲ੍ਹੇ ਜਿਹੜੇ ਉਹ ਮੈਗਨੀਜ਼ ਵਾਸਤੇ ਪ੍ਰਸਿੱਧ ਹਨ। ਬਸ ਤੁਸੀਂ ਇਹ 'ਚ ਯਾਦ ਰੱਖਣਾ ਕਿ ਮੈਗਨੀਜ਼ ਇੱਕ ਖਣਿਜ ਪਦਾਰਥ ਹੈਗਾ, ਇਹਦੇ ਤੋਂ ਸਟੀਲ ਅਤੇ ਲੋਹਾ ਬਣਦਾ। ਠੀਕ ਹੈ, ਸਟੀਲ ਜਦੋਂ ਬਣਾਉਂਦੇ 1 ਟਨ ਤਾਂ ਘੱਟੋ ਘੱਟ 6 ਕਿਲੋਗ੍ਰਾਮ ਮੈਗਨੀਜ਼ ਦੀ ਜ਼ਰੂਰਤ ਹੁੰਦੀ ਆ। ਅਤੇ ਇਹਦੀ ਵਰਤੋਂ ਕਿੱਥੇ ਕਿੱਥੇ ਹੁੰਦੀ? ਬਲੀਚਿੰਗ ਪਾਊਡਰ ਬਣਾਉਣ ਲਈ, ਕੀੜੇ ਮਾਰ ਦਵਾਈਆਂ, ਪੇਂਟ ਅਤੇ ਬੈਟਰੀਜ਼ ਦੇ ਵਿੱਚ। ਠੀਕ ਹੈ, ਅਤੇ ਇੰਡੀਆ ਦਾ ਦੂਜੇ ਨੰਬਰ 'ਤੇ ਸਥਾਨ ਆ। ਨੰਬਰ 1 'ਤੇ ਜਿੱਥੇ ਸਭ ਤੋਂ ਵੱਧ ਭੰਡਾਰ ਆ ਮੈਗਨੀਜ਼ ਦੇ, ਜ਼ਿੰਬਾਬੇ ਆ। ਅਤੇ ਨੰਬਰ 2 'ਤੇ ਇੰਡੀਆ,
पर पैदावार के पक्षों इंडिया का छेवां स्थान हैगा। ठीक है, इन चीज़ां तुसीं याद रखनियां। तो इंडिया दे विच भी मेन मेन दो तीन स्टेट्स के नाम याद रख लो, कर्नाटक, उड़ीसा, मध्य प्रदेश, है ना, महाराष्ट्र, जिथे कि यह मिलती है। फोर, विकास ने एल्यूमीनियम बनाना है, उसनों इसलिए किस पदार्थ की लोड़ पवेगी। हाँ जी, हुण एल्यूमीनियम बनाने के लिए कौन-कौन चीज़ की जरूरत होंगी है? नंबर वन बॉक्साइट, सोना, तांबा, जिप्सम। ठीक है, एल्यूमीनियम के लिए अपन जरूरत होंगी है बॉक्साइट की। हुण आप देखते हैं भी बॉक्साइट की होंगे, है ना। बॉक्साइट एक महत्वपूर्ण कच्ची धात है, इस तो की बनता है, एल्यूमीनियम बनता है। तो यह चीकनी मिट्टी वर्गी धात होंगी है, जिस दे विच एल्यूमीनियम ऑक्साइड होंगे। याद रख लो, ये की होंगे, एल्यूमीनियम ऑक्साइड होंगे। इहदा कलर किस तरह का होंगे? सफेद या गुलाबी। तो सन 1886 तक इसकी वरतों संभव नहीं सी, क्योंकि उदों तक ये प्रयोग बारे आपां नूं पता ही नहीं सी कि इहनूं यूज़ कितना किया जा सकता। ठीक है, परंतु अज के समय च एल्यूमीनियम नूं बहुत सारे उद्योगों विच वड्डे पैमाने ते वरत्या जा रहा है। वरतों विच इहने तांबे ते टिन नूं भी पिछे छड्ड दिता, क्योंकि इहदी वरतों बहुत ज़्यादा हो रही है। इसकी वरतों मुख तौर पर बर्तन, बिजली दीआं तारां, मोटर कारां, रेल गड्डियां, समुंदरी जहाज़ ते हवाई जहाज बनाने दे विच कीती जांदी है। ठीक है, हुण एल्यूमीनियम की है? एक कच्ची धात है। इहदा कलर किस तरह का होंदा? सफेद या गुलाबी। ठीक है, इहनूं अज के समय दे विच बहुत ज़्यादा इहदी वरतों होंदी है। कित्थे कित्थे होंदी है? बर्तन बनाउण च, बिजली दीआं तारां बनाउण च, मोटर कारां च, हवाई जहाज़, ठीक है, रेल गड्डियां च। तो संसार दे विच, पूरे वर्ल्ड दे विच इसकी पैदावार कित्थे होंदी है? ऑस्ट्रेलिया, जमाइका, गिनिया, सूरीनाम, रूस, हंगरी, USA। तुसीं एक दो याद रख लो नेम। वर्ल्ड दे विच ऑस्ट्रेलिया याद रह जाएगा तुहानू, रूस याद रह जाएगा, हंगरी, USA। ठीक है, चार नाम तो याद रख ही लो। भारत दे विच बॉक्साइट की पैदावार ज़्यादा नहीं है, फिर भी जिन्हां खेतरां च बॉक्साइट होंदा आ उन्हां चों कौन कौन हैगी स्टेट? झारखंड, छत्तीसगढ़, मध्य प्रदेश, उड़ीसा, गुजरात, कर्नाटक, तमिलनाडु, आंध्र प्रदेश, जम्मू कश्मीर, केरल, उत्तर प्रदेश, राजस्थान। ठीक है, इन्निया स्टेट्स के मिलता है, बट ज़्यादा नहीं है। तीन चार स्टेट्स भारत दियाँ भी याद रख लो। ठीक है, जड़ियाँ तुसी याद ईजीली रख सकते हैं। फाइव, हैरी ने बिजली कंडेंसर, इंसुलेटर और बिजली दियाँ प्रेसा बनाने का काम शुरू किया, उसनों किस खनिज पदार्थ की जरूरत पेगी? ठीक है, हुण आपां देखना भी कंडेंसर बनाने लई बिजली दे, इंसुलेटर या बिजली दियां प्रेसां, तां किहड़ी चीज़ की जरूरत होंदी है? नंबर वन अबरक, नंबर टू सोना, नंबर थ्री दोवें ही, नंबर फोर दोनों चों कोई नहीं। सो इहदे च इह चीज़ां दे विच किहदा प्रयोग हुंदा? अबरक दा। ठीक है, हुण अबरक देखिए किस तरह की चीज़ है, होर की कह दिंदे माइका। ठीक है, अबरक काले, भूरे जां सफेद रंग दा पारदर्शी पदार्थ हुंदा है। यह छोटिया छोटिया तहां विच टुट जाता है। अबरक एक अधातु खनिज पदार्थ है। ठीक है, अते अग्नि चट्टानां विचों प्राप्त हुंदा है। यह कई उद्योगों विच वरत्या जाता है। यह बिजली का कुचालक होण करके इसकी वरतों बिजली का कई तरह का समान बनाउण विच कीती जाती है। इसनों कंडेंसर, इंसुलेटर, बिजली दियाँ प्रेसा, भट्ठियाँ, रेडियो और टैलीविजन भी वरत्या जाता है। ठीक है, पहला देखो भी इनू होर की कह दें अबरक नू माइका। इहदा कलर किस तरह का होंदा? काला, भूरा या सफेद। पारदर्शी मीनस ट्रांसपेरेंट, है ना, जिहचों देख सकते हैं आप इधर उधर। तो यह अग्नि चट्टानों विचों ही प्राप्त होंदा आ, कई जगह यह उद्योगों वरत्या जाता आ। बिजली का कुचालक हैगा। ठीक है, बिजली के समान के वरत्या जाता आ, कंडेंसर, इंसुलेटर, बिजली दियाँ प्रेसा, भट्ठियाँ, रेडियो, टैलीविजन। ठीक है, तो अबरक पैदा करने वाले मुख्य देश कौन कौन है? USA, रूस, भारत, फ्रांस, अर्जेंटीना, दक्षिणी कोरिया। ठीक है, तो पैदावार के हिसाब नाल भारत इन्हां विचों सब देशों तो अगे रहा है, पर अज के समय में इसकी पैदावार घट रही है। ठीक है, किसी टाइम इन्हां सारिआं तो अगे सी, पर अज के हिसाब नाल इहदी पैदावार घटी है। पैदावार घटन के मुख्य कारण की है? कि विदेशों के इसकी मंग घट गई है, तो यदी जगह पर प्लास्टिक जोड़ा आ वह यूज़ होने लग पाया, इस करके यदि मंग घटी है तो पैदावार भी घट गई है। भारत की कुल पैदावार का 95% अबरक तीन राज्य, ये याद रख लियो कि तीन राज्य? आंध्र प्रदेश, राजस्थान, झारखंड।
95% भारत के अबरक की पैदावार जी तिना स्टेट्स के पूरी हो जाती है, आंध्र प्रदेश, राजस्थान से झारखंड। इस तो अलावा जोड़े होर स्टेट है बिहार, गुजरात, केरल, मध्य प्रदेश, छत्तीसगढ़, हिमाचल, इन भी अबरक पैदा होंगे। ठीक है, नीचे कुछ होर जिले दिते हुए इन चो भी जो याद रख सकते एक दो याद रख लियो, नलौर, विशाखापट्टनम, कृष्णा, आंध्र प्रदेश, जयपुर, उदयपुर, भीलवाड़ा, ये राजस्थान के है, गया, हजारीबाग बिहार के बिच है। ठीक है, इतने आपको अबरक मिलती है जी। क्वेश्चन नंबर 6, संदीप के पिता जी जिस देश में काम करते हैं वह संसार का सब तो वड्डा यूरेनियम पैदा करने वाला देश है, कि तुसी उस देश का नाम दस सकते हो? वो चार ऑप्शन दी हुई हैं, चीन, जापान, भारत ते यूएसए। तो जे अपन यह गल याद हो भी सब तो बद जो देश हथियार वगैरह सप्लाई करता दूजे देशों को दिता कि यूएसए। सो यूरेनियम भी सब तो बद यूएसए दे विच ही हुंदा है। यूरेनियम की हुंदा है आप भी देख लीए। हाँ जी, परमाणु खनिज पदार्थ, एटोमिक मिनरल्स। हुण जिहड़ा यूरेनियम है यह परमाणु खनिज पदार्थ है। परमाणु खनिज पदार्थों की श्रेणी केड़े केड़े होर आ जाते? एक तो यूरेनियम, थोरियम, बेरिलियम, लिथियम, जिरकोनियम। ये सारे की है परमाणु खनिज पदार्थ। ठीक है, जिहड़ी ऊर्जा इन्हां दे विचों इन्हां खनिज पदार्थों चो पैदा हुंदी है उहनूं आपां परमाणु ऊर्जा का नाम दिंदे हां। तो परमाणु ऊर्जा की पैदावार वास्ते इन्हां पदार्थों की मौजूदगी, ठीक है, तो तकनीकी ज्ञान के साधनों का होना बहुत जरूरी है। यूएसए, रूस, जापान, यूके ते भारत वर्गे देशों में परमाणु शक्ति केंद्र स्थापित किए गए हैं। यूएसए संसार का सब तो वड्डा, ठीक है, यूरेनियम पैदा करने वाला देश है। कैनेडा, दक्षणी अफ्रीका, ज़ाइरे, ऑस्ट्रेलिया, जर्मनी, स्पेन आदि यूरेनियम पैदा करने वाले होर देश हैं। थोरियम ब्राज़ील, ऑस्ट्रेलिया, मलेशिया, श्रीलंका ते भारत वर्गे देशों द्वारा पैदा किया जाता है। भारत में परमाणु पदार्थों की पैदावार हेठ लिखे अनुसार की जाती है। पहला यूरेनियम, हाँ जी, हुण यूरेनियम कितने कितने मिलता भारत के? सिंघभूम, हजारीबाग झारखंड, फिर गया बिहार, सहारनपुर उत्तर प्रदेश, उदयपुर राजस्थान। इतने इतने आपको यूरेनियम मिलता है। मेनली आप इस क्वेश्चन के अकॉर्डिंग यूरेनियम देखना है। ठीक है, इन्हां परमाणु खनिज पदार्थों की वरतों बड़ी सावधानी नाल की जानी चाहिए है। ये पदार्थ सिर्फ देश की उन्नति वास्ते ऊर्जा पैदा करने ही वरतों में लियाने चाहिए हैं, ना कि तबाही ते प्रदूषण लिए। इस विच ही साड़ी समझदारी होगी। ठीक है, सो परमाणु जिहड़े खनिज पदार्थ आ इन्हां दी वरतों अपनी सेफ्टी लिए होनी चाहिए है, ना कि किसी दूजे की तबाही दे लिए। ठीक है, हाँ जी, नैक्सट क्वेश्चन नंबर 7, कुलदीप एक लुहार वजों काम करता है, हेठां दित्ती तस्वीर नूं देख के दसो कि वह पट्टी दे विच किस बालन का प्रयोग करता है। आ पिक्चर दिती हुई है, इहनूं देख के आपां नूं पता लग ही जाणा की हैगा ये पेट्रोल या डीजल है, कोला जां इहनां विचों कोई नहीं। ये की हैगा? कोला। ठीक है, कोले बारे आपां ऑलरेडी पहला पढ़ भी चुके हैं, है ना, कि कोले दीआं चार किस्मां हुंदीआं, कि सब तो वधिया एंथ्रासाइट, कि सब तो घटिया पीट। ठीक है, आपां ऑलरेडी देख चुके हैं। ये चिकनी मिट्टी वर्गी ये धातु एलूमीनियम बनाई जाती है, जिहड़ी बहुत हल्की होण कारण हवाई जहाज बनाउण दे काम आउंदी है। भारत के उड़ीसा राज विच ये सब तो वध मिलती है, इसका की नाम है? हाँ जी, ये भी आप ऑलरेडी पढ़ के आए हैं। हाँ जी, इन चारों के हूँ आप देखना कि लोहा, मैगनीज, बाक्साइड या सोना। एक ही है बाक्साइड। ठीक है, बाक्साइड बारे आप ऑलरेडी उपर पढ़ के आए हैं कि जिहड़ी चिकनी मिट्टी वर्गी धात हुंदी आ। ठीक है, इस तो एलूमीनियम बनती है जिहड़ी कि अज बहुत ज़्यादा यूज हो रही है। ठीक है, तो इन्हें टिन नूं भी पिछे छड्ड दिता है। ओके, चलो नैक्सट है नंबर 9, चित्र देख के दसो कि यह किहड़े साधन नाल संबंधित है। आ पिक्चर हैगी आ, इहनूं देख के आपां नूं पता लग जांदा है कि आ पण बिजली, है ना। चार ऑप्शनस दे विच्चों इही आंसर हैगा, इह पण बिजली आ। हुण पण बिजली जां हाइड्रो इलैक्ट्रिसिटी की हुंदी आ, किस तरीके नाल इह बनदी आ, आपां देख लैंदे इक वारी। पण बिजली शक्ति दा इक नवां साधन, नॉन कन्वेंशनल सोर्स है। आपां पहलां पिछले चैप्टर 'च पढ़िया सी कि दो तरह के सोर्सिज होंगे, एक कन्वेंशनल तो एक नॉन कन्वेंशनल। ठीक है, एक रवायती होंगे साधन तो एक जोड़े नवे साधन है। तो यह पण बिजली जोड़ा है नवा साधन हैगा, यह शक्ति साधन नवियाण योग जल साधन पर निर्भर करता है। बिजली मुख्य तौर पर दो तरीकों पैदा की जाती है। ठीक है, बिजली पैदा करने के दो तरीके, एक पानी, दूसरा
तेल जां कोले नूं बाल के बिजली ताप घरां विच बिजली का उत्पादन करना। ठीक है, इत्थे असीं पण बिजली बारे गल करांगे कि पानी के द्वारा बिजली किस तरह बनती है। पानी एक मुफ्त अते नवियाउण योग साधन है। संसार विच जल साधन बहुत वड्डी मात्रा दे विच उपलब्ध हन जिन्हां नूं वरत के पण बिजली तैयार की जा सकती है। नदियां जां दरियावां ते बन बना के पानी नूं सुरंगां राहीं टरबाइनां ते सुट्टिया जांदा है। ये प्रोसैस हुंदी है। ठीक है, पहला नदियां जां दरियावां ते बन बना ले जांदे आ, फिर सुरंगां दे थ्रू पानी नूं टरबाइनां ते वड्डियां वड्डियां टरबाइनां ते सुट्टिया जांदा है ते पानी दी शक्ति नाल फिर यह टरबाइनां घूमदियां आ। ठीक है, तो जदों यह टरबाइनां घूमदियां तां रगड़ दे नाल बिजली तैयार हुंदी है। फिर इस तैयार हुई बिजली नूं तारां राहीं अलग अलग थावां ते ले जाया जाता है। ठीक है, ये प्रोसैस होंगी है हाइड्रो इलैक्ट्रिसिटी की। तो पानी बिजली जो तैयार करनी है वो कि लोड़ी तत्व होने चाहिए आ। पहला पानी साधन सारा साल उपलब्ध हो, क्योंकि बिजली यह वाली जी पानी तो ही तैयार होंगी है, तो इसलिए पानी का होना बहुत जरूरी है। ठीक है, नंबर टू, पानी के रस्ते दे लोड़ी ढलाण या बंध बनाने लिए उचाई भी हो। नंबर थ्री, बिजली बनाने के लिए पानी लोड़ी मात्रा मौजूद हो, तो बन दे पिछले पासे पानी दे भंडार जा झील वास्ते लोड़ी जगह हो। ठीक है, सो ये तत्थ है जे हाइड्रो इलैक्ट्रिसिटी जी प्रोड्यूस करनी ओके। सो ये अपना लैसन नंबर 3, तो आप ऑलरेडी पहला कर चुके हैं। जे तुसी अजे तक वो वीडियो लैसन नहीं देखे तो देख लो, क्योंकि ये सिर्फ MCQs ही नहीं है, क्योंकि ये जड़िया मैं कॉन्सैप्ट है वो एक्सप्लेन भी कीतिया हुई हैं, ताकि ये शॉर्ट क्वेश्चन भी कर सकते हैं। ठीक है, तुहानू क्लैरिटी हो गई होनी हुण भी। ठीक है, सोना किस तरह की धात हुंदी है, सब तो वध सोना कित्थे मिलता है, कित्थे कित्थे यूज हुंदा है, कोले दीआं किस्मां किहड़ियां किहड़ियां हुंदियां चार। ठीक है, नाम की है उहनां दे, सब तो वधिया घटिया उहदा भी नाम याद हो गया होना। उस तो बाद मैगनीज़ किस तरह की धात हैगी आ, जां बाक्साइट, अबरक है ना, इन्हां बारे आपां पढ़िया, यूरेनियम की हुंदा है, ओके, सारियां तुहानू क्लीयर हो गईआं होणियां। ठीक है, सो जे वीडियो लैसन तुहानू वधिया लगदे आ तां अपने फ्रेंड्स नाल इहनां नूं भी शेयर करो। ठीक है, ओके स्टूडेंट, स्टे होम, स्टे सेफ एंड कीप लर्निंग। थैंक यू सो मच।